ਗੁਰੂ ਪਿਆਰੇ ਹੋਏ ਆ ਗੁਰਦੁਆਰਾ ਹੀਰਾ ਘਾਟ ਸਾਹਿਬ। ਵੀਰ ਜੀ ਨੇ ਸਾਨੂੰ ਬੜਾ ਸੋਹਣਾ ਇੱਥੇ ਦਾ ਇਤਿਹਾਸ ਜਿਹੜਾ ਸਾਰਾ ਉਹ ਸੰਖੇਪ ਦੇ ਵਿੱਚ ਦੱਸਿਆ। ਗੁਰੂ ਸਾਹਿਬ 'ਤੇ ਹਮਲਾ ਜਿਹੜਾ ਹੋਇਆ ਸੀ ਉਹ ਵੀ ਇੱਥੇ ਜਗ੍ਹਾ ਜਿਹੜੀ ਹੈ ਬਣੀ ਆ, ਦੋ ਪਠਾਣਾ ਨੇ ਜਿਹੜਾ ਗੁਰੂ ਸਾਹਿਬ 'ਤੇ ਹਮਲਾ ਕੀਤਾ ਸੀ। ਇਹ ਗੁਰਦੁਆਰਾ ਹੀਰਾ ਘਾਟ ਸਾਹਿਬ ਜਿਹੜਾ ਬਹਾਦਰ ਸ਼ਾਹ ਸੀ ਔਰੰਗਜ਼ੇਬ ਦਾ ਬੇਟਾ ਸੀ, ਔਰੰਗਜ਼ੇਬ ਬਾਦਸ਼ਾਹ ਦਾ, ਉਹਨੇ ਇੱਥੇ ਗੁਰੂ ਸਾਹਿਬ ਨੂੰ ਹੀਰਾ, ਇੱਕ ਕੀਮਤੀ ਹੀਰਾ ਭੇਂਟ ਕੀਤਾ। ਉਹ ਹੀਰਾ ਉਹਨਾਂ ਨੇ ਗੋਦਾਵਰੀ ਦੇ ਵਿੱਚ ਸੁੱਟਤਾ ਅਤੇ ਉਹਨੇ ਰੋਸ ਪ੍ਰਗਟਾਇਆ ਬਹਾਦਰ ਸ਼ਾਹ ਨੇ ਕਿ ਜੀ ਤੁਸੀਂ ਇੰਨਾ ਕੀਮਤੀ ਹੀਰਾ ਜਿਹੜਾ ਉਹਦੀ ਕਦਰ ਨਹੀਂ ਪਾਈ। ਅਤੇ ਗੁਰੂ ਸਾਹਿਬ ਉਹਨੂੰ ਕਹਿੰਦੇ ਵੀ ਜਾ ਕੇ ਪਿੱਛੋਂ ਗੋਦਾਵਰੀ ਦੇ ਵਿੱਚੋਂ ਜਿਹੜਾ ਨਾ ਆਪਣਾ ਹੀਰਾ ਪਛਾਣ ਕੇ ਲਿਆ। ਜਦੋਂ ਉੱਥੇ ਗਿਆ ਅਤੇ ਸਾਰੀ ਦੀ ਸਾਰੀ ਜਿਹੜੀ ਗੋਦਾਵਰੀ ਸੀ ਉਹ ਹੀਰਿਆਂ ਦੇ ਨਾਲ ਭਰੀ ਹੋਈ ਸੀ ਅਤੇ ਉਹ ਆ ਕੇ ਗੁਰੂ ਸਾਹਿਬ ਦੇ ਚਰਨੀ ਪੈ ਗਿਆ ਅਤੇ ਮਾਫ਼ੀ ਮੰਗੀ। ਇਹ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ। ਬਾਕੀ ਉਹ ਵੀਰ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਯਾਰ ਤੁਸੀਂ ਸਾਨੂੰ ਆ ਕੇ ਸਾਰਾ ਨਾਲ ਨਾਲ ਜ਼ਰੂਰ ਦੱਸੋ, ਕਿਉਂਕਿ ਤੁਸੀਂ ਇੱਥੇ ਦੇ ਲੋਕਲ ਸਿੰਘ ਹੈਗੇ ਹੋ ਅਤੇ ਉਹ ਸਾਡੇ ਨਾਲ ਆਏ ਨੇ, ਆਪਾਂ ਦਰਸ਼ਨ ਕਰਦੇ ਹਾਂ। ਪਾਵਨ ਸਥਾਨ ਗੁਰਦੁਆਰਾ ਹੀਰਾ ਘਾਟ ਸਾਹਿਬ ਹੈ ਜੀ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੱਖਣ ਦੇ ਧਰਤੀ ਤੇ ਆਏ, ਇਸ ਅਸਥਾਨ ਤੇ ਆਪਣੇ ਡੇਰੇ ਲਾਏ, ਨਾਲ ਬਹਾਦਰ ਸ਼ਾਹ ਵੀ ਆਇਆ ਹੋਇਆ ਸੀ। ਇੱਕ ਦਿਨ ਗੁਰੂ ਸਾਹਿਬ ਜੀ ਦੀਵਾਨ ਸਜਾ ਬੈਠੇ ਹੋਏ ਸਨ। ਸਜੇ ਦੀਵਾਨ ਵਿੱਚ ਆ ਕੇ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਜੀ ਨੂੰ ਕੀਮਤੀ ਹੀਰਾ ਭੇਟ ਕੀਤਾ। ਹੀਰਾ ਲੈ ਕੇ ਗੁਰੂ ਸਾਹਿਬ ਜੀ ਨੇ ਪਿਛਲੇ ਪਾਸੇ ਵਹਿਰਣ ਦੀ ਗੁਦਾਰ ਚ ਸੁੱਟ ਦਿੱਤਾ। ਬਹਾਦਰ ਸ਼ਾਹ ਮਨ ਹੀ ਮਨ ਸੋਚ ਕੇ ਪਰੇਸ਼ਾਨ ਹੋਇਆ ਕਿ ਮੈਂ ਇੰਨਾ ਕੀਮਤੀ ਹੀਰਾ ਭੇਟ ਕੀਤਾ ਗੁਰੂ ਸਾਹਿਬ ਜੀ ਨੂੰ, ਗੁਰੂ ਸਾਹਿਬ ਜੀ ਨੇ ਤਾਂ ਮੇਰੇ ਹੀਰੇ ਦੀ ਕੋਈ ਕਦਰ ਨਹੀਂ ਕੀਤੀ, ਪੱਥਰ ਜਾਣ ਕੇ ਸੁੱਟ ਦਿੱਤਾ। ਗੁਰੂ ਸਾਹਿਬ ਜੀ ਤਾਂ ਜਾਣੀ ਜਾਣ ਸਨ। ਗੁਰੂ ਸਾਹਿਬ ਜੀ ਕਹਿਣ ਲੱਗੇ, ਬਹਾਦਰ ਸ਼ਾਹ ਤੁਹਾਡਾ ਦਿੱਤਾ ਹੋਇਆ ਹੀਰਾ ਸਾਡੇ ਖਜ਼ਾਨੇ ਚ ਰੱਖਿਆ ਹੋਇਆ, ਜਰਾ ਗੁਦਾਰੀ ਚੋਂ ਪਛਾਣ ਕੇ ਲਿਆਓ। ਬਹਾਦਰ ਸ਼ਾਹ ਗੁਦਾਰ ਚ ਗਿਆ, ਦੋਵੇਂ ਹੱਥਾਂ ਦੀ ਬੁੱਕ ਭਰ ਕੇ ਵੇਖਣ ਲੱਗਾ ਤੇ ਦੋਵੇਂ ਹੱਥ ਹੀਰਿਆਂ ਨਾਲ ਭਰੇ ਹੋਏ ਸਨ। ਉਸਨੂੰ ਆਪਣਾ ਹੀਰਾ ਪਛਾਣਿਆ ਨਹੀਂ ਗਿਆ। ਵਾਪਸ ਆ ਕੇ ਗੁਰੂ ਸਾਹਿਬ ਜੀ ਦੇ ਚੰਨੀ ਪੈ ਗਿਆ, ਕਹਿਣ ਲੱਗਾ, ਮਹਾਰਾਜ ਮੈਨੂੰ ਮਾਫ਼ ਕਰ ਦਿਓ। ਇਸ ਕਰਕੇ ਗੁਰਦੁਆਰੇ ਸਾਹਿਬ ਦਾ ਨਾਂ ਗੁਰਦੁਆਰਾ ਹੀਰਾ ਘਾਟ ਉੱਤੇ ਪ੍ਰਚਲਿਤ ਹੋਇਆ ਜੀ। ਇਹ ਉਹ ਗੋਦਾਵਰੀ ਨਦੀ ਜਿੱਥੇ ਗੁਰੂ ਸਾਹਿਬ ਨੇ ਹੀਰਾ ਬਹਾਦਰ ਸ਼ਾਹ ਵੱਲੋਂ ਦਿੱਤਾ ਹੋਇਆ ਸੁੱਟਿਆ। ਇਸੇ ਅਸਥਾਨ 'ਤੇ ਗੁਰੂ ਸਾਹਿਬ ਦੇ ਉੱਤੇ ਕਟਾਰ ਦੇ ਨਾਲ ਹਮਲਾ ਜਿਹੜਾ ਹੋਇਆ ਸੀਗਾ ਦੀ ਯਾਦਗਾਰ ਵਜੋਂ ਇਹ